गिर परिया किछु ना आयो हाथ किछु किछु ना आयो हाथ
Worte. Pisa tu chate. Pisa tu chabe. Soi ni behasat. Soi ni behasat. Kitchen atta gir parea. Sare ap sare. Sare ap sare. किसार ना जाने सार ना जाने फिर कीच बुढ़ाही जियो फिर कीच बुढ़ाही फिर कीच बुढ़ाई जियो गलिए चिंकड़ आटा गिर परया फरीदा गलिए चिंकड़ पंकज मोह पग नहीं चले चिक्कड़ गलिए चिक्कड़ पंकज मोह पग नहीं चले हम देखा कीचड़ आटा गिर परया हम देखा आटा चिक्कड़ बिच डिग पाए दुल जाए आटा जीवन की खुराक दुनिया के हर मनुख भोजन चाहिए इसलिए वह मशक्कत करता है कालना कालना आज जिन्ना संसार अंदर कारोबार चल रहा है सारा आटे दाल पिछे तो चल रहा पर बदकिस्मती कि किसी को आटा होवे भी पर चिकन विच डुल जाए उनके लिए जीवन की किड्डी वड्डी औकड़ मुश्किलात बन जाएगी हुण बाबा कबीर जी ने अज दे इस सलोक विच क्योंकि गुरबाणी है ही जीवन दियां औकड़ां संबंधी आगाह करन वास्ते चेतन करन वास्ते ताकि मनुख दे जीवन दा सफर आसान हो जाए बिखड़े दाओ लंघावे मेरा सतसंग आखिर बिखड़े दाओ तो हाँ नहीं जीवन है ही बिखड़े दाओ मैं पिछले दिन च गल कीती सी कि बच्चा जन्म लैंदा रोंदा क्यों है क्योंकि बिखड़े दाओ विच आ गया ते बिखड़े दाओ विच ही मनुख नूं ज्यादा चेतनता दी लोड़ हुंदी सुचेत होवे रस्ता औखा है ते उस सुचेतनता चेतनता चानन रोशनी जिंदी बिखड़े दाओ विच ज्यादा लोड़ हुंदी वो गुरु कोल ने गुरु चेतन भी करता है
ਬਾਣੀ ਵਿੱਚ ਹੀ ਲਫ਼ਜ਼ ਨੇ। ਗੁਰੂ ਰੋਸ਼ਨੀ ਵੀ ਦਿੰਦਾ ਹੈ, ਚੇਤਨ ਵੀ ਕਰਦਾ ਹੈ। ਆਪਾਂ ਪੜ੍ਹਨੇ ਆ, ਗੁਰਬਿਨ ਘੋਰ ਅੰਧਾਰ ਹੈ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ। ਉਹ ਲੋੜ ਗੁਰੂ ਦੀ ਕਿਉਂ ਜ਼ਰੂਰਤ ਹੈ? ਹੁਣ ਗੁਰੂ ਬਾਣੀ ਰੂਪ ਵਿੱਚ ਬੈਠਾ ਹੋਇਆ ਸੁਚੇਤ ਵੀ ਕਰ ਰਿਹਾ ਹੈ, ਤੇ ਹਰ ਔਕੜ ਤੋਂ ਸੁਚੇਤ ਕਰ ਰਿਹਾ। ਹੁਣ ਬਾਬਾ ਕਬੀਰ ਜੀ ਦੇ ਰਾਹੀਂ ਅੱਜ ਦਾ ਇਹ ਸਲੋਕ, ਦੋ ਤਿੰਨ ਮੋੜ ਐਸੇ ਨੇ ਜੀਵਨ ਵਿੱਚ ਜਿਹੜੇ ਸਭ ਤੋਂ ਵੱਡੇ ਔਕੜ ਨੇ, ਸੁੱਖਾਂ ਨੂੰ ਦੁੱਖਾਂ ਵਿੱਚ ਬਦਲ ਦਿੰਦੇ ਨੇ, ਆਟੇ ਨੂੰ ਚਿੱਕੜ ਵਿੱਚ ਬਦਲ ਦਿੰਦੇ ਨੇ। ਜੀਵਨ ਨੂੰ ਬਰਬਾਦੀ ਵਿੱਚ ਬਦਲ ਦਿੰਦੇ ਨੇ ਉਹ ਮੋੜ। ਉਹਨਾਂ ਤੋਂ ਸੁਚੇਤ ਕਰਨ ਲਈ ਦੋ ਤਿੰਨ ਗੱਲਾਂ ਬਾਬਾ ਕਬੀਰ ਜੀ ਨੇ ਇੱਕੋ ਹੀ ਸਲੋਕ ਵਿੱਚ ਕਰ ਦਿੱਤੀਆਂ। ਇੱਕ ਲਫ਼ਜ਼ ਚਿੱਕੜ, ਉਹਨੂੰ ਸਮਝਣਾ। ਕਿਸ ਚਿੱਕੜ ਵਿੱਚ ਆਟਾ ਡਿੱਗਦਾ ਤੇ ਬਰਬਾਦ ਹੋ ਜਾਂਦਾ, ਉਸ ਚਿੱਕੜ ਤੋਂ ਕਿਵੇਂ ਬਚਣਾ। ਦੂਜਾ, ਆਟਾ ਸਾਡੇ ਕੋਲ ਕੀ ਹੈ, ਉਹਦੀ ਵੈਲਿਊ ਕੀ ਹੈ, ਉਹ ਬਰਬਾਦ ਨਾ ਹੋ ਜਾਏ, ਉਹਦੇ ਲਈ ਚੇਤਨਤਾ ਕਿਵੇਂ ਰੱਖਣੀ ਹੈ। ਤੇ ਦੂਜੀ ਇਹ ਗੱਲ ਤੀਜੀ ਨਾਲ ਦੱਸੀ ਨੇ ਬੜੀ ਜ਼ਰੂਰੀ, ਉਹ ਇਹ ਕਿ ਕਦੀ ਆਲਸੀ ਨਹੀਂ ਹੋਣਾ। ਜਦੋਂ ਵੀ ਚਿੱਕੜ ਦੇ ਰਸਤੇ ਜਾਣਾ ਹੋਵੇ ਜਾਂ ਕੋਈ ਚੀਜ਼ ਕੀਮਤੀ ਕੋਲ ਹੋਵੇ, ਓਨਾ ਹੀ ਚੇਤਨ ਜ਼ਿਆਦਾ ਹੋਣਾ ਪੈਂਦਾ, ਆਲਸ ਨੂੰ ਤਿਆਗਣਾ ਪੈਂਦਾ, ਸੁਚੇਤ ਹੋਣਾ ਪੈਂਦਾ। ਆ ਜਿਹੜਾ ਪੀਸਤ ਪੀਸਤ ਚਾਬਿਆਂ ਦਾ ਲਫ਼ਜ਼ ਹੈ ਨਾ, ਇਹ ਆਲਸ ਤੋਂ ਹੀ ਬਚਾਉਣਾ ਹੈ, ਕਿਉਂਕਿ ਮਨੁੱਖ ਆਲਸ ਦੇ ਕਾਰਨ ਕੰਮ ਅੱਗੇ ਪਾਉਂਦਾ ਹੈ। ਰਾਤ ਦੇ ਨੀਂਦ ਹੀ ਲੈ ਲਓ, ਨੀਂਦ ਆਈ ਹੋਵੇ, ਆਲਸ ਆਇਆ ਹੋਵੇ, ਟਾਈਮ 'ਤੇ ਅਲਾਰਮ ਖੜਕ ਪਏ, ਫਿਰ ਕਹਿੰਦੇ ਨੇ ਥੋੜ੍ਹੀ ਦੇਰ ਹੋਰ ਸੌਂ ਲਓ, ਅਲਾਰਮ ਆਪ ਬੰਦ ਕਰ। ਰਾਤ ਨੂੰ ਆਪ ਲਾਉਂਦਾ, ਸਵੇਰੇ ਆਪ ਜਦੋਂ ਖੜਕਦਾ ਉਦੋਂ ਆਪੇ ਬੰਦ ਕਰ ਦਿੰਦਾ, ਹਜੇ ਹੋਰ ਸੌਂ ਲਵਾਂ। ਆਲਸ ਉਹ ਬੰਦ ਕਰ, ਰਾਤ ਜਦੋਂ ਲਾਇਆ ਸੀ ਉਦੋਂ ਆਲਸ ਨਹੀਂ ਸੀ, ਹੁਣ ਨੀਂਦ ਨੇ ਆਪਣਾ ਗਲਬਾ ਪਾਇਆ ਹੋਇਆ, ਆਲਸ ਹੈ। ਜਿਹਨਾਂ ਹੱਥਾਂ ਨਾਲ ਰਾਤ ਨੂੰ ਅਲਾਰਮ ਲਾਇਆ ਸੀ ਉਸੇ ਹੱਥ ਨਾਲ ਸਵੇਰੇ ਬੰਦ ਕਰਦਾ, ਮੈਨੂੰ ਡਿਸਟਰਬ ਨਾ ਕਰੇ, ਮੈਂ ਕੁਛ ਹੋਰ ਸੌਣਾ ਚਾਹੁੰਦਾ। ਉਹ ਜਿਹੜਾ ਸਮਾਂ ਲੰਘ ਜਾਣਾ ਹੈ ਨਾ, ਇਹ ਬਾਬਾ ਕਬੀਰ ਜੀ ਦਾ ਦੂਜਾ ਸਲੋਕ, ਦੂਜੀ ਲਾਈਨ ਉਸ ਗੱਲ ਨੂੰ ਜਾਗਰਤ ਕਰਦੀ ਹੈ। ਹੁਣ ਜ਼ਰਾ ਇਸ ਸਲੋਕ ਨੂੰ ਦੁਬਾਰਾ ਪੜ੍ਹ ਲਈਏ। ਕਬੀਰ ਕੀਚੜ ਆਟਾ ਗਿਰ ਪਰਿਆ, ਪਿਛਲੇ ਦਿਨਾਂ ਵਿੱਚ ਇਸ ਕੀਚੜ ਲਫ਼ਜ਼ 'ਤੇ ਵਿਚਾਰ ਕੁਝ ਹੋਏ ਵੀ ਸੀ, ਪਰ ਚਲੋ ਦੁਬਾਰਾ ਸੰਖੇਪ ਵਿੱਚ ਦੁਹਰਾ ਦਿਆਂ। ਦੋ ਚੀਜ਼ਾਂ ਦਾ, ਦੋ ਵਿਰੋਧੀ ਚੀਜ਼ਾਂ ਦਾ ਮੇਲ, ਪਰਮ ਪਾਣੀ ਮੈਲ ਧੋਂਦਾ ਹੈ, ਜੇ ਕੱਪੜਾ, ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ, ਪਰ ਇਹ ਹੱਥ ਪੈ ਤਾਂ ਤਣ ਦੇ, ਪਾਣੀ ਧੋਤਾ ਉਤਰ ਸਖੇ, ਪਾਣੀ ਮੈਲ ਧੋਂਦਾ। ਅਤੇ ਮਿੱਟੀ ਮੈਲ ਲਾਉਂਦੀ ਹੈ, ਜੇ ਉਹ ਮਿੱਟੀ ਉੱਡੇ ਤਾਂ ਉਹ ਮੈਲੀ ਹੈ। ਅਤੇ ਜੇ ਮਿੱਟੀ ਮਿੱਟੀ ਰਹੇ, ਪਾਣੀ ਪਾਣੀ ਰਹੇ, ਵੱਖਰੇ ਵੱਖਰੇ ਰਹਿਣ, ਤਾਂ ਫਿਰ ਜੇ ਉਹ ਮੈਲ ਲਾਏਗੀ ਉਹ ਸ਼ਾਮ ਨੂੰ ਧੋ ਦੇਗਾ,
ਕਹਿੰਦੇ ਕਰਨਾ ਸਵੇਰੇ ਆਦਮੀ ਮਨ ਨੂੰ ਘਰੋਂ ਨਿਕਲਦਾ ਹੈ, ਨਹਾ ਧੋ ਕੇ ਨਿਕਲਦਾ, ਸ਼ਾਮ ਨੂੰ ਹੈ ਮਹਿਲ ਹਾਲ ਬਾਜ਼ਾਰਾਂ ਵਿੱਚ ਸੰਸਾਰ 'ਤੇ ਫਿਰਦਿਆਂ ਫਿਰਦਿਆਂ ਖੇ ਉੱਡਦੀ ਹੈ, ਧੂੜ ਉੱਡਦੀ ਹੈ, ਮਹਿਲਾ ਹੋ ਜਾ ਰਾਤ ਸ਼ਾਮੀ ਆਉਂਦਾ, ਸਭ ਤੋਂ ਪਹਿਲਾਂ ਬਾਥਰੂਮ ਵਿੱਚ ਜਾਂਦਾ, ਮੂੰਹ ਧੋ ਲਵਾਂ, ਕੱਪੜੇ ਬਦਲ ਲਵਾਂ। ਸਵੇਰੇ ਜਿਹੜੇ ਕੱਪੜੇ ਚਾਹ ਨਾਲ ਪਾਏ ਸਨ ਸ਼ਾਮ ਨੂੰ ਉਹ ਲਾਉਂਦਾ, ਕਿਉਂ? ਕਿਉਂਕਿ ਮੈਲੇ ਹੋ ਗਏ ਨੇ, ਧੂੜ ਉੱਡੀ ਹੈ, ਧੂੜ ਮੈਲੇ ਕਰਦੀ ਹੈ, ਪਾਣੀ ਧੋਂਦਾ ਹੈ। ਜੇ ਵੱਖਰੇ ਵੱਖਰੇ ਰਹਿਣ ਤਾਂ ਜੇ ਭਲਾ ਪਾਣੀ ਅਤੇ ਧੂੜ ਇਕੱਠੇ ਹੋ ਜਾਣ, ਕੋਈ ਬਦਕਿਸਮਤੀ ਨਾਲ ਮਿੱਟੀ ਅਤੇ ਪਾਣੀ ਨੂੰ ਇਕੱਠਾ ਕਰ ਦੇ, ਫਿਰ ਉਹਨੂੰ ਕੀ ਆਖਾਂਗੇ? ਚਿੱਕੜ। ਚਿੱਕੜ ਦੀ ਨਿਸ਼ਾਨੀ ਕੀ ਹੈ? ਉੱਥੇ ਮਿੱਟੀ ਅਤੇ ਪਾਣੀ ਇਕੱਠੇ ਹੁੰਦੇ ਨੇ, ਅਤੇ ਕੋਈ ਬਦਕਿਸਮਤੀ ਨਾਲ ਆਪਣੇ ਪਾਣੀ ਵਰਗੇ ਪਵਿੱਤਰ ਨੂੰ ਮਿੱਟੀ ਨਾ ਆਖ ਦੇਵੇ, ਮਿੱਟੀ ਵਿੱਚ ਨਾ ਮਿਲਾ ਦੇਵੇ, ਬਸ ਉਸੇ ਬਦਕਿਸਮਤੀ ਦਾ ਨਾਂ ਚਿੱਕੜ ਹੈ। ਜਦੋਂ ਨਿਰੰਕਾਰ ਨੂੰ ਅਸੀਂ ਸੰਸਾਰ ਬਣਾ ਲਵਾਂਗੇ, ਨਿਰੰਕਾਰ ਸੰਸਾਰ ਦੀ ਮੈਲ ਉਤਾਰਨ ਵਾਸਤੇ ਹੈ, ਪਰ ਉਸੇ ਨੂੰ ਸੰਸਾਰ ਨੂੰ ਹੀ ਜੇ ਨਿਰੰਕਾਰ ਬਣਾ ਲਵਾਂਗੇ ਤਾਂ ਉਹ ਚਿੱਕੜ ਬਣ ਜਾਏਗਾ। ਜਿਹੜੇ ਲੋਕ ਜੰਡ ਦੀ ਪੂਜਾ ਕਰ ਰਹੇ ਨੇ, ਬੇਰੀਆਂ ਦੀ ਪੂਜਾ ਕਰ ਰਹੇ ਨੇ, ਪੱਥਰਾਂ ਦੀ ਪੂਜਾ ਕਰ ਰਹੇ ਨੇ, ਇਹ ਸੰਸਾਰ ਨੂੰ ਹੀ ਤਾਂ ਨਿਰੰਕਾਰ ਬਣਾਈ ਬੈਠੇ ਨੇ। ਉਹ ਚੀਜ਼ਾਂ ਸਾਰੀਆਂ ਸੰਸਾਰ ਨੇ, ਕੁਦਰਤ ਨੇ, ਉਸੇ ਨੂੰ ਨਿਰੰਕਾਰ ਬਣਾ ਬੈਠ। ਦੋ ਚੀਜ਼ਾਂ ਦਾ ਮੇਲ ਹੋ ਗਿਆ ਨਾ। ਮਾਨੋ ਜੀਵਨ ਜਿਹੜਾ ਹੈ ਇਹ ਬੜਾ ਕੀਮਤੀ ਹੈ, ਇਹਦੇ ਵਿੱਚ ਕਰਮ ਜਿਹੜੇ ਨੇ ਉਹ ਆਟਾ ਪੀਸਣ ਵਾਲੀ ਗੱਲ ਹੈ। ਸਾਰੀ ਆਪਾਂ ਚੱਕੀ ਚੋਣੀ ਕਿਹਨੂੰ ਕਹਿੰਦੇ ਹਾਂ? ਚੱਕੀ ਜਦੋਂ ਚੱਲਦੀ ਹੈ ਉਹ ਫਿਰ ਆਟਾ ਪੀਸਦੀ ਹੈ। ਜੀਵਨ ਜਿਹੜਾ ਹੈ, ਸਰੀਰ ਜਿਹੜਾ ਹੈ ਉਹ ਚੱਕੀ ਹੈ, ਇਹਦੇ ਕਰਮਾਂ ਨੇ ਜਿਹੜਾ ਪੈਦਾ ਕਰਨਾ, ਜਿਹੜੇ ਕਰਮ ਕਰਨੇ ਨੇ ਉਹ ਆਟਾ ਪੀਸਣਾ ਹੈ। ਆਟਾ ਪੀਸਣਾ ਜਿਹੜੇ ਕਰਮ ਕਰਨ ਨੇ ਆਇਆ, ਜਿਵੇਂ ਚੱਕੀ ਆਟਾ ਪੀਸਣ ਲਈ ਹੈ, ਇਸੇ ਤਰ੍ਹਾਂ ਸਰੀਰ ਕਰਮ ਕਰਨ ਲਈ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਰਮ ਧਰਤੀ ਸਰੀਰ। ਸਰੀਰ ਜਿਹੜਾ ਹੈ ਇਹ ਮਾਨੋ ਕਰਮ ਕਰਨ ਲਈ, ਕਰਮ ਦਾ ਆਟਾ ਪੀਸਣ ਲਈ ਇੱਕ ਚੱਕੀ ਹੈ। ਹੁਣ ਮਨੁੱਖ ਜਦੋਂ ਸੰਸਾਰ ਵਿੱਚ ਇਸ ਜੀਵਨ ਦੀ ਇਸ ਸਰੀਰ ਦੀ ਚੱਕੀ ਨੂੰ ਲੈ ਕੇ ਆਇਆ, ਇਹਨੇ ਕਰਮ ਕਰਨੇ ਹੀ ਸਨ, ਆਖਰ ਆਟਾ ਪੀਸਣ ਵਾਸਤੇ ਸਨ। ਪਰ ਕਰਮ ਤਾਂ ਕਰਦਾ ਰਿਹਾ, ਇਹ ਨਾ ਸੋਚਿਆ ਇਹਨਾਂ ਕਰਮਾਂ ਨੂੰ ਸੰਭਾਲਣਾ ਕਿਵੇਂ। ਉੱਥੇ ਹੋਂ ਦੀ ਮੈਲ ਜਿਹੜੀ ਹੈ ਉਹਦੇ ਵਿੱਚ ਕਰਮ ਪੈਂਦੇ ਗਏ, ਪੈਦਾ ਹੁੰਦੇ ਗਏ। ਮਨੁੱਖ ਚੰਗੇ ਕਰਮ ਜਿੰਨੇ ਕਰਦਾ, ਹੋਂ ਵੀ ਤਾਂ ਉਸੇ 'ਚ ਪੈਦਾ ਹੁੰਦੀ ਹੈ। ਕਦੇ ਚੋਰ ਨੇ ਵੀ ਆਖਿਆ ਮੇਰੇ ਵਰਗਾ ਚੋਰ ਕੋਈ ਨਹੀਂ, ਸਾਧ ਹੀ ਆਖੇਗਾ ਜੇ ਹੋਮੇ ਵੀ ਆਏਗੀ ਤਾਂ ਕਿਸੇ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦੀ, ਇਸ ਲੈਣ ਸਾਧ ਹੋ ਮਣਕਾ ਮਾਣ ਤੇ ਅੱਗੋ, ਅਤੇ ਮੈਂ ਹੈਰਾਨ ਹੋ ਕੇ ਅਰਜ਼ ਕੀਤੀ ਸੀ, ਅਜੀਬ ਗੱਲ ਹੈ, ਸਾਧੂ ਨੂੰ ਆਖ ਰਹੇ ਨੇ ਮਾਣ ਦਾ ਮਾਣ ਤੇ ਅੱਗੋ, ਇਹਦਾ ਮਤਲਬ ਅਭਿਮਾਨ ਹੋਮੇ ਸਾਧੂ ਵਿੱਚ ਹੈ, ਮੁਖਾਤਬ ਸਾਧੂ ਨੂੰ ਕਰ ਰਹੇ ਨੇ। ਸਾਧੋ ਮਣਕਾ ਮਨ ਤੇ ਅੱਗੋ, ਇਹਦਾ ਮਤਲਬ ਮਨ ਵਿੱਚ ਹੰਕਾਰ ਸਾਧ ਦੇ ਹੈ, ਚੋਰ ਦੇ ਤਾਂ ਹੋ ਹੀ ਨਹੀਂ ਸਕਦਾ, ਗੱਲ ਠੀਕ ਹੈ। ਉਹ ਤਾਂ ਆਪਣੇ ਆਪ ਨੂੰ ਛੁਪਾ ਕੇ ਰੱਖੇਗਾ, ਮੇਰਾ ਪਤਾ ਨਾ ਲੱਗ ਜਾ ਮੈਂ ਚੋਰ ਹਾਂ। ਜਿਹੜਾ ਸਾਧ ਬਣਿਆ ਹੋਇਆ, ਜਿਹੜਾ ਆਪਣੇ ਆਪ ਨੂੰ ਸਾਧ ਅਖਵਾਉਣਾ ਚਾਹੁੰਦਾ, ਉਹ ਕਹਿੰਦਾ ਮੇਰੇ ਵਰਗਾ ਕੋਈ ਨਹੀਂ। ਇਸ ਲਈ ਜਿਹੜਾ ਮਨੁੱਖ ਚੰਗੇ ਕਰਮ ਕਰਦਾ ਹੈ ਨਾ, ਉਹ ਹਉਮੈ ਵੀ ਉਸੇ ਵਿੱਚ ਆਉਂਦੀ ਹੈ, ਹਉਮੈ ਵੀ ਉਸੇ ਵਿੱਚ ਆਉਂਦੀ ਹੈ। ਅਤੇ ਚੰਗਾ ਕਰਮ ਜਿਹੜਾ ਉਹ ਨਿਰਮਲ ਹੈ, ਉਹ ਰੱਬੀ ਗੁਣ ਹੈ, ਉਹਦੇ ਵਿੱਚ ਜਦੋਂ ਹਉਮੈ ਆ ਗਈ ਉਹ ਚਿੱਕੜ ਬਣ ਗਈ, ਕਿਉਂਕਿ ਮੈਲ ਅਤੇ ਪਾਣੀ ਇਕੱਠਾ ਹੋ ਗਿਆ ਨਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਸਤਿਗੁਰੂ ਨੇ ਬਾਣੀ ਵਿੱਚ ਗੱਲ ਨੂੰ ਸਪਸ਼ਟ ਕੀਤਾ, ਹਉ ਮੈਲਾ, ਆਪਾਂ ਰੋਜ਼ ਪੜ੍ਹਦੇ ਹਾਂ ਸੁਖਮਨੀ ਸਾਹਿਬ ਵਿੱਚ, ਹਉ ਮੈਲਾ ਮਲ ਕਬੂ ਨਾ ਧੋਵੈ, ਹਉ ਆਪਣੇ ਆਪ ਵਿੱਚ ਮੈਲ ਹੈ,
ਮਿੱਟੀ ਹੈ, ਧੂੜ ਹੈ। ਤੇ ਜੇ ਨਾਮ ਜਪਣ ਵਾਲੇ ਵਿੱਚ ਨਾਮ ਜਪਦੇ ਹੋ ਆ ਜਾਏ ਤੇ ਫਿਰ ਤਾਂ ਮਾਨੋ ਆਟਾ ਤਾਂ ਪੀਸਿਆ ਪਰ ਚਿੱਕੜ ਵਿੱਚ ਡਿੱਗ ਪਿਆ। ਕਿਹੜੀ ਸੰਕੀਰਨ ਢੰਗ ਨਾਲ, ਕਿਹੜੀ ਬਰੀਕੀ ਨਾਲ ਬਾਬਾ ਕਬੀਰ ਜੀ ਨੇ ਇਸ ਲਫ਼ਜ਼ ਨੂੰ ਵਰਤਿਆ ਕਿ ਮਨੁੱਖ ਚੰਗੇ ਕਰਮ ਕਰ ਰਿਹਾ ਹੈ, ਕਿਉਂਕਿ ਕਰਮ ਕਰਨ ਲਈ ਆਇਆ ਹੈ। ਕੋਈ ਮਨੁੱਖ ਨਹੀਂ ਚਾਹੁੰਦਾ ਕਿ ਮੈਂ ਮਾੜੇ ਕਰਮ ਕਰਾਂ, ਆਪ ਵੱਲੋਂ ਚੰਗੇ ਕਰਮ ਕਰਦਾ। ਜਿੰਨੇ ਗੁਰਦੁਆਰੇ ਬਣੇ ਨੇ ਉੱਥੇ ਸਤਸੰਗ ਹੋ ਰਹੇ ਨੇ, ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ, ਲੰਗਰ ਚੱਲ ਰਿਹਾ, ਸਾਰੇ ਚੰਗੇ ਕਰਮ ਸਮਝ ਕੇ ਕਰ ਰਹੇ ਆ, ਚੰਗੇ ਕਰਮ ਸਮਝ ਕੇ ਕਰ ਰਹੇ, ਤਾਂ ਹੀ ਚੱਲ ਰਹੀਆਂ ਨੇ ਸਭ ਕੁਛ। ਪਰ ਇਹ ਸਾਰੇ ਕਰਮ ਕਰਨ ਵਾਲਾ ਇਹ ਚਾਹੁੰਦਾ ਹੈ ਕਿ ਮੇਰਾ ਨਾਮ ਹੋਵੇ। ਫਿਰ ਕਹਿੰਦਾ ਮੈਂ ਉੱਚੀ ਨਾਂ ਲੈ ਕੇ ਮੇਰੇ ਨਾਂ ਦੀ ਅਰਦਾਸ ਕਰੋ, ਇਹਨੇ ਇੰਨੀ ਭੇਟਾ ਕੀਤੀ ਹੈ, ਇਸ ਗੁਰਦੁਆਰੇ ਵਿੱਚ ਇੰਨਾ ਇੰਨੇ ਦਾਨ ਕੀਤਾ। ਬਸ ਕਰਮ ਤਾਂ ਕੀਤਾ ਹੈ, ਕਰਮ ਚੰਗਾ ਹੈ, ਆਟਾ ਚੰਗਾ ਪੀਸਿਆ, ਪਰ ਗਿਰ ਪਿਆ ਚਿੱਕੜ ਵਿੱਚ। ਹੁਣ ਗੁਰੂ ਨੇ ਵੀ ਵਾਰ ਵਾਰ ਕਿਉਂ ਕਿਉਂ ਆਖਿਆ, ਕਹਿਣ ਲੱਗੇ ਜਿਹੜਾ ਕਰਮ ਕੋਟ ਕਰਮ ਕਰੇ ਹੋਂਦ ਹਾਰੇ। ਗੁਰਬਾਣੀ ਦੀ ਚਾਰ ਗੱਲ ਦਾ ਜਵਾਬ ਹੈ, ਸਾਨੂੰ ਬਾਹਰੋਂ ਵਿਆਖਿਆ ਦੀ ਲੋੜ ਹੀ ਨਹੀਂ ਪੈਂਦੀ। ਸਤਿਗੁਰੂ ਕਹਿੰਦੇ ਨੇ ਕੋਟ ਕਰਮ ਕਰੇ, ਜਿੰਨਾ ਮਰਜ਼ੀ ਆਟਾ ਪੀਸ ਲੈ, ਪਰ ਜੇ ਹੋਂਦ ਹਾਰੇ ਫਿਰ ਕੀ ਹੋਏਗਾ। ਜਿਵੇਂ ਇੱਥੇ ਬਾਬਾ ਕਬੀਰ ਨੇ ਆਖਿਆ ਨਾ ਕਛੂ ਨਾ ਆਇਓ ਹਾਥ, ਉੱਥੇ ਵੀ ਇਹੋ ਹੀ ਲਫ਼ਜ਼ ਨੇ, ਕਹਿੰਦੇ ਨੇ ਕੋਟ ਕਰਮ ਕਰੇ ਹਾਂ ਧਾਰੇ, ਸ਼ਰਮ ਪਾਵੇ ਬੜੀ ਬੜੇ ਉਪਰਾਲੇ ਕਰਦਾ ਸਗਲੇ ਬਿਰਥਾ ਰਿਹਾ, ਕਿਛੂ ਨਾ ਆਇਓ ਹਾਥ। ਸਾਰਾ ਆਟਾ ਪੀਸਿਆ ਹੋਇਆ ਚਿੱਕੜ ਵਿੱਚ ਡਿੱਗ ਪਿਆ, ਕੁਛ ਵੀ ਹੱਥ ਨਹੀਂ ਆਇਆ, ਇਹਨੇ ਕਰਮ ਕਰਦਾ ਰਿਹਾ, ਅਖੰਡ ਪਾਠਾਂ ਦੀਆਂ ਲੜੀਆਂ ਚਲਾਈ ਗਿਆ, ਲੰਗਰ ਲਾਈ ਗਿਆ, ਪਰ ਹਮੇ ਅੰਦਰ ਰਹੀ ਕਿ ਮੈਂ ਆਹ ਕੰਮ ਕਰਨਾ, ਮੈਂ ਆਹ ਕੁਝ ਕਰਨਾ, ਮੈਂ ਫਲਾਣੀ ਥਾਂ 'ਤੇ ਦਾਨ ਕੀਤਾ ਫਲਾਣੀ ਥਾਂ। ਤੋ ਉਹ ਸਾਰੀਆਂ ਚੀਜ਼ਾਂ ਜਿਵੇਂ ਸਤਿਗੁਰੂ ਨੇ ਆਖਿਆ, ਸ਼ਰਮ ਪਾਵੇ ਸਗਲੇ ਬਿਰਥਾ ਰਹੇ। ਇਸ ਲਈ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਇੱਕ ਲਾਈਨ ਵਿੱਚ ਇੱਕ ਗੱਲ ਸਮਝਾ ਦਿੱਤੀ, ਕਹਿਣ ਲੱਗੇ ਆਟਾ ਤਾਂ ਪੀਸਿਆ ਪਰ ਚਿੱਕੜ ਵਿੱਚ ਡਿੱਗ ਪਿਆ, ਤੇ ਚਿੱਕੜ ਹੈ ਹੋਂ ਤੇ ਚੰਗੇ ਕਰਮਾਂ ਦਾ ਕਰਦਿਆਂ ਹੋਇਆਂ ਹੋਂ ਆ ਜਾਣੀ। ਗੁਰਬਾਣੀ ਦਾ ਇੱਕ ਸ਼ਬਦ ਹੈ, ਜੀ ਅਰੇ ਓਲਾ ਨਾਮਕਾ ਅਵਰ ਜੇ ਕਰਨ ਕਰਾਮ ਨੂੰ ਤਿੰਨ ਮੈਂ ਭਾਉ ਹੈ ਜਾਮ ਕਾ, ਅਵਰ ਜਤਨ ਨਹੀਂ ਪਾਈ ਹੈ ਵੱਡੇ ਬਹਾਗ ਹਰ ਧਿਆਈ ਹੈ, ਲਾਖ ਹਕਮਤੀ ਜਾਣੀਏ ਆਗੇ ਤਿਲ ਨਹੀਂ ਮਾਨੀਏ। ਅਗਲੀ ਲਾਈਨ ਪੜ੍ਹੋ, ਅਹੁਮ ਬੁੱਧ ਕਰਮ ਕਮਾਵਣੇ, ਕਰਮ ਕਮਾਵਣੇ ਕੀ ਆਟਾ ਪੀਸਣਾ, ਲੱਭਦਾ ਇਹ ਚੱਕੀ ਮਿਲੀ ਆਟਾ ਪੀਸਣ ਲਈ, ਕਰਮ ਕਰ ਰਿਹਾ ਪਰ ਕਰ ਰਿਹਾ ਅਹੁਮ ਬੁੱਧੀ ਨਾਲ, ਅਹੁਮ ਬੁੱਧੀ ਦਾ ਭਾਵ ਹੈ ਹੰਕਾਰ ਭਰੀ ਮਤ ਨਾਲ, ਹੰਕਾਰ ਭਰੀ ਮਤ ਨਾਲ। ਗੁਰਬਾਣੀ ਅੰਦਰ ਜਦੋਂ ਇਸ ਕਿਸੇ ਲਾਈਨ ਵਿੱਚ ਜਾਂਦੇ ਬੜਾ ਕੁਝ ਮਿਲਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਭਗਤੀ ਦੀ ਮਾਤੀ ਹੋ ਰਹੇ, ਭਗਤੀ ਦੀ ਮਾਤੀ ਹੋ ਰਹੇ, ਉਸ ਮਤ ਵਿੱਚ ਇਹ ਗੱਲ ਹੋਂ ਨਹੀਂ ਆ ਸਕਦੀ, ਨਹੀਂ ਤਾਂ ਚਿੱਕੜ ਆਟਾ ਗਿਰ ਪਿਆ ਹੋ ਜਾਏਗਾ। ਅਹੁਮ ਬੁੱਧ ਕਰਮ ਕਮਾਵਣੇ, ਜਿਹੜੇ ਕਰਮ ਤੂੰ ਅਹੁਮ ਬੁੱਧੀ ਨਾਲ ਹੰਕਾਰ ਭਰੀ ਮਤ ਨਾਲ ਕਰੇਗਾ, ਕਹਿਣ ਲੱਗੇ ਉਹ ਤਾਂ ਇਉਂ ਹੀ ਹੋਣਗੇ ਜਿਵੇਂ ਗ੍ਰਹਿ ਬਾਲੂ ਨੀਰ ਭਾਵਨੇ, ਜਿਵੇਂ ਤੂੰ ਰੇਤੇ ਦਾ ਘਰ ਉਸਾਰ ਰਿਹਾ ਹੋਵੇ ਅਤੇ ਪਿੱਛੇ ਨੀਰ ਦਾ ਭਾਵ ਕੋਈ ਐਸੀ ਜ਼ਲਜ਼ਲਾ ਤੂਫਾਨ ਆ ਜਾਏ,
कोई लहर पानी दी ऐसी आवे वो सारा घर रोड़ के लै जाए तेरे कोल को तेरे पल्ले कुछ भी ना पवे। कहन लगे अहम बुद्ध जरा कर्म कमाना है ना हंकार भाई बुद्धि नाल कर्मा का पीसन पीसना है ना ये तो मानो किछू ना आयो हाथ। अहम बुद्ध कर्म कमावने ग्रह बालू नीर भावने। इसलिए बाबा कबीर जी ने पहली लाइन विच ए गल समझा दित्ती कहन लगे कबीर की चिड़ आटा गिर परया कबीर की चिड़ आटा गिर परया किछु न आयो हाथ कुछ भी हाथ पल्ले न पिया। चक्की मिली सी चक्की कस गई बुढ़ापा आ गया जिंदगी जीवन शरीर निर्बल हो गया कर्म करता रहा सारी जिंदगी आप बोलो कर्म करता रहा पर पल्ले कुछ ना पिया क्योंकि हों दे वास होके करता गया किछू ना आयो हाथ। हुण दूजी चीज जिहड़ी समझाण वाली सी अगली लाइन विच कर दित्ती कहन लगे चंगा हुंदा जे आटे नूं संभाल लैंदा आटे नूं संभाल लैंदा ते जिथे संभालन दा मसला सी उथे आलसी हो गया। संभालन दा जिहड़ा चंगे कर्मां दी संभाल सी उथे आलसी हो गया सारी जीवन अंदर आ जवानी है आ बुढ़ापा है बचपन खेडन वास्ते है जवानी कमान वास्ते है भोग भोगन वास्ते चलो कोई नहीं अजे बड़ा टाइम पिया है। मैं ते आम जीवन विच भी मेरे समेत आप सारे अंदर चात मारीे तो जदों असी रोजाना जीवन का सवेरे उठ के प्रोग्राम बनाने आ उन्दे विच की लिस्ट होंदी ए अपने आप विच ही सोच लईए। सतगुरु ने बाणी अंदर एक लाइन विच आख दिता कहन लगे चितवत पाप ना आल के आवे चितवत पाप ना आल के आवे बेसुआ भगत किछ नै शरमावे सारो दिस मजूरी करे। फिकर हुंदा जिस समय ते जिथे जॉब करना उथे समय ते ना पहुंचया मत कल नूं कार्ड हथे चुपड़ा दे जवाब मिल जाए उथे लेट नहीं हो सकदा। पर हालांकि गुरु ने आवाज दित्ती कहन लगे जदों प्रभु दे मिलाप दे रस्ते ते तुरना हुंदा है सत्संग दे जां कुछ उत्थे तैनू इन्नी होशियारी इन्नी टाइम दी पाबंदी इन्नी चेतनता क्यों नहीं रहिंदी। गुरबाणी ने हालांकि आवाज दित्ती कहन लगे प्रभ मिल बे की लालसा प्रिया प्रेम सहज मन आनंद धरोरी प्रभ मिल बे की लालसा तांते आलस कहां करोरी। जितों दौलत मिलनी उत्थे टाइम ते पहुंचना ना किते लेट ना हो जावा। कहन लगे जिथे रब मिलना है उथे प्रभु मिलन दा जड़ा रस्ता है उथे तेनू आलस पै जांदा है। लै आ कारण है कर्म कर रहा है पर आलस दे वस भी गुआ रहा है उन्ना कर्म दे कीते हुए कर्मा दे आटे नूं तू समय नाल नहीं संभाल रहा। तैनू पता होवे इहनू ज्यों ज्यों जिथे कर्म करें किते चिकड़ विच ना डिग पैन इह किते हों विच ना चले जान नाल दी नाल इहनू अंदर लंघा लै जिहड़ी चीज़ नाल दी नाल ही खाधी जाए अंदर चली जाए खाना उसे नूं कहिंदे ने ना जिहड़ा अंदर चला जाए।
ਜਿਹੜੀ ਚੀਜ਼ ਅੰਦਰ ਚਲੀ ਜਾਏ ਉਹ ਆਪਣੀ ਹੈ। ਮੈਨੂੰ ਪੁਰਾਣੀ ਪੰਜਾਬੀ ਦੀ ਕਹਾਵਤ ਯਾਦ ਆਈ, ਕਹਿੰਦੇ ਹੁੰਦੇ ਸਨ ਖਾਧਾ ਪੀਤਾ ਲਾਏ ਦਾ ਬਾਕੀ ਨਾਦਰ ਸ਼ਾਹ ਦਾ। ਇਹ ਕਹਾਵਤ ਐਵੇਂ ਨਹੀਂ ਬਣੀਆਂ, ਇਹਦੇ ਪਿੱਛੇ ਕੋਈ ਖਿਆਲ ਖੜਾ ਹੈ। ਕਹਾਵਤ ਆਮ ਲੋਕ ਕਹਿੰਦੇ ਸਨ ਖਾਧਾ ਪੀਤਾ ਲਾਏ ਦਾ ਬਾਕੀ ਨਾਦਰ ਸ਼ਾਹ ਦਾ। ਜਿਹੜੀ ਚੀਜ਼ ਅੰਦਰ ਚਲੀ ਗਈ ਮੇਰੀ ਤਾਂ ਉਹ ਹੀ ਹੈ, ਬਾਹਰ ਕੀਚੜ ਆਟਾ ਗਿਰ ਪਿਆ ਹੀ ਨਾ ਹੋ ਜਾਏ। ਬਾਬਾ ਕਬੀਰ ਜੀ ਨੇ ਵੀ ਇਹੋ ਹੀ ਗੱਲ ਆਖੀ, ਕਹਿਣ ਲੱਗੇ ਚੰਗਾ ਹੁੰਦਾ ਜੇ ਜੀਵਨ ਦੀ ਚੱਕੀ ਚੱਲਦਿਆਂ ਚੱਲਦਿਆਂ ਜਦੋਂ ਅਜੇ ਚੱਕੀ ਠੀਕ ਸੀ ਉਦੋਂ ਹੀ ਜਿਹੜਾ ਆਟਾ ਪੀਸਦਾ ਨਾਲ ਦੀ ਨਾਲ ਅੰਦਰ ਲੰਘਾ ਲੈਂਦੋ, ਤੇਰੇ ਅੰਦਰ ਚੰਗਿਆਈਆਂ ਅਤੇ ਗੁਣ ਆ ਜਾਂਦੇ। ਕਿਤੇ ਐਸਾ ਨਾ ਹੋਵੇ ਕਿ ਮੁੜ ਕੇ ਉਹ ਕੀਚੜ ਵਿੱਚ ਡੁੱਲ ਜਾਏ ਅਤੇ ਤੇਰੇ ਹੱਥ ਕੁਝ ਨਾ ਰਹੇ। ਦੋ ਲਾਈਨਾਂ ਅੰਦਰ ਕਿੱਡਾ ਖੂਬਸੂਰਤ, ਮਨੁੱਖ ਦੇ ਜੀਵਨ ਦੇ ਅੰਦਰ ਹਰ ਮੋੜ ਹਰ ਖਤਰੇ ਤੋਂ ਬਚਾਉਣ ਲਈ ਇੱਕ ਮੈਸੇਜ ਹੈ। ਅਤੇ ਕਹਿਣ ਲੱਗੇ ਕੀਚੜ ਆਟਾ ਗਿਰ ਪਿਆ ਕਬੀਰ, ਕੀਚੜ ਆਟਾ ਗਿਰ ਪਿਆ ਪਿਛੂ ਨਾ ਆਇਓ ਪਿਛੂ ਨਾ ਖੂਬਸੂਰਤ ਚੱਕੀ ਮਿਲੀ ਹੈ। ਇਸ ਲਈ ਆਖ ਦਿੱਤਾ ਕਾਲ ਕਰੰਤਾ ਆਵੈ ਕਰ, ਅਬ ਕਰਤਾ ਸੋ ਤਾਲ ਆਲਸ ਨ ਕਰੀ, ਪਾਛੇ ਸਿਰ ਪਰ ਹੋ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਬੜੀ ਖੂਬਸੂਰਤ ਚੱਕੀ ਮਿਲੀ ਹੈ। ਇਹਦੇ ਵਿੱਚ ਕਰਮਾਂ ਦਾ ਆਟਾ ਪੀਸਣਾ ਹੈ ਅਤੇ ਹਰ ਕੋਈ ਪੀਸ ਰਿਹਾ ਹੈ। ਕਈ ਲੋਕ ਆਟਾ ਹੀ ਪੀਸਣਾ ਨਹੀਂ ਜਾਣਦੇ ਅਤੇ ਕਈ ਲੋਕ ਪੀਸਣ ਤੋਂ ਬਾਅਦ ਚਿੱਕੜ ਵਿੱਚ ਹੋਮੇ ਦੇ ਚਿੱਕੜ ਵਿੱਚ ਹੀ ਡੋਲ ਲੈਂਦੇ ਨੇ। ਅਤੇ ਗੁਰੂ ਕਹਿੰਦੇ ਇਸ ਨਾਲੋਂ ਚੰਗੀ ਗੱਲ ਇਹ ਹੈ ਅਗਲੀ ਲਾਈਨ ਦੇ ਵੀ ਪੀਸਦਿਆਂ ਪੀਸਦਿਆਂ ਹੀ ਚਬਾ ਲੈ ਖਾ ਲੈ ਅੰਦਰ ਚਲਾ ਜਾਏ। ਗੁਣ ਜਿਹੜੇ ਕਰਮ ਬਣ ਕੇ ਤੇਰੇ ਕੋਲ ਆਉਣ ਉਹ ਅੰਦਰ ਪੈਦਾ ਕਰ, ਅੰਦਰ ਚਲੇ ਜਾਣ ਗੁਣ। ਪੀਸਿਤ ਪੀਸਿਤ ਚਾਬਿਆ ਸੋਈ ਨਿਭਿਆ ਸਾਥ, ਅਸਲ ਉਹੋ ਹੀ ਪੀਸਣਾ ਹੈ ਜਿਹੜਾ ਤੇਰੇ ਅੰਦਰ ਚਲਾ ਜਾਏ। ਸੋ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।